ਦੁਨੀਆ ਦੇ ਫਕੀਰਾਂ ਵਿੱਚ ਸਾਈ ਤੋਂ ਵੱਧ ਕੇ ਜ਼ਾਤ ਨਹੀਂ। ਗਵਾਂਢੀ ਸਾਈ ਦਾ ਹੋਣਾ ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਸਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਦਿਲ ਵਾਲਾ ਪੂਰਾ ਅਰਮਾਨ ਹੋਣਾ ਚਾਹੀਦਾ, ਦਿਲ ਦਾ ਪੂਰਾ ਅਰਮਾਨ ਹੋਣਾ ਚਾਹੀਦਾ। ਸਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਘਰ ਵਿੱਚ ਇੱਕ ਖਾਸ ਕਮਰਾ ਬਣਾਵਾਂਗੀ, ਘਰ ਵਿੱਚ ਇੱਕ ਖਾਸ ਕਮਰਾ ਬਣਾਵਾਂਗੀ, ਉਹਦੇ ਵਿੱਚ ਫੋਟੋ ਸਾਈ ਬਾਬਾ ਜੀ ਦੀ ਲਾਵਾਂਗੀ, ਉਹਦੇ ਵਿੱਚ ਫੋਟੋ ਸਾਈ ਬਾਬਾ ਜੀ ਦੀ ਲਾਵਾਂਗੀ। ਹਾਂ, ਘਰ ਵਿੱਚ ਸੋਹਣਾ ਜਿਹਾ ਕਮਰਾ ਬਣਾਵਾਂਗੀ, ਉਹਦੇ ਵਿੱਚ ਫੋਟੋ ਸਾਈ ਬਾਬਾ ਜੀ ਦੀ ਲਾਵਾਂਗੀ। ਆਉਣ ਵਾਲਾ ਬਾਬਾ ਦਾ ਮਹਿਮਾਨ ਹੋਣਾ ਚਾਹੀਦਾ, ਆਉਣ ਵਾਲਾ ਸਾਈ ਦਾ ਮਹਿਮਾਨ ਹੋਣਾ ਚਾਹੀਦਾ। ਹਾਂ, ਸਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਘਰ ਵਿੱਚ ਜਿਹੜੀਆਂ ਮੈਂ ਟੂਟੀਆਂ ਲਵਾਵਾਂਗੀ, ਮਿੱਠੇ ਮਿੱਠੇ ਪਾਣੀ ਨਾਲ ਉਹਨੂੰ ਮੈਂ ਪਰਾਵਾਂਗੀ। ਹਾਂ, ਘਰ ਵਿੱਚ ਜਿਹੜੇ ਜਿਹੜੇ ਨਲਕੇ ਲਵਾਵਾਂਗੀ, ਸ਼ੱਕਰਾਂ ਦੇ ਪਾਣੀ ਨਾਲ ਉਹਨੂੰ ਮੈਂ ਪਰਾਵਾਂਗੀ। ਪੀਣ ਵਾਲਾ ਸਾਈ ਦਾ ਮਹਿਮਾਨ ਹੋਣਾ ਚਾਹੀਦਾ, ਪੀਣ ਵਾਲਾ ਬਾਬਾ ਦਾ ਮਹਿਮਾਨ ਹੋਣਾ ਚਾਹੀਦਾ। ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਸਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਇੱਟਾਂ ਤੇ ਲਿਖਾਵਾਂਗੀ ਬਾਬਾ ਜੀ ਦਾ ਨਾਮ ਮੈਂ, ਪੜ੍ਹਦੀ ਰਵਾਂਗੀ ਉਹਨੂੰ ਸੁਬਹ ਨਾਲੇ ਸ਼ਾਮ ਮੈਂ, ਪੜ੍ਹਦੀ ਰਵਾਂਗੀ ਉਹਨੂੰ ਸੁਬਹ ਨਾਲੇ ਸ਼ਾਮ। ਹਾਂ, ਕੰਧਾਂ ਤੇ ਲਿਖਾਵਾਂਗੀ ਸਾਈ ਜੀ ਦਾ ਨਾਮ ਮੈਂ, ਪੜ੍ਹਦੀ ਰਵਾਂਗੀ ਉਹਨੂੰ ਸੁਬਹ ਨਾਲੇ ਸ਼ਾਮ ਮੈਂ। ਸਾਈ ਤੋਂ ਦਿਲ ਕੁਰਬਾਨ ਹੋਣਾ ਚਾਹੀਦਾ, ਬਾਬਾ ਤੋਂ ਦਿਲ
ਕੁਰਬਾਨ ਹੋਣਾ ਚਾਹੀਦਾ। ਭਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਬੂਹੇ ਤੇ ਲਿਖਾਵਾਂਗੀ ਸਾਈ ਮੇਰਾ ਪੀਰ ਹੈ, ਬੂਹੇ ਤੇ ਲਿਖਾਵਾਂਗੀ ਸਾਈ ਮੇਰਾ ਪੀਰ ਹੈ, ਬਾਬਾ ਮੇਰਾ ਪੀਰ ਹੈ ਤੇ ਉਸ ਦੀ ਮੁਰੀਦ ਮੈਂ, ਬਾਬਾ ਮੇਰਾ ਪੀਰ ਹੈ ਤੇ ਉਸ ਦੀ ਮੁਰੀਦ ਮੈਂ। ਹਾਂ ਬੂਹੇ ਤੇ ਲਿਖਾਵਾਂਗੀ ਸਾਈ ਮੇਰਾ ਪੀਰ ਹੈ, ਬਾਬਾ ਮੇਰਾ ਪੀਰ ਹੈ ਤੇ ਉਸ ਦੀ ਮੁਰੀਦ ਮੈਂ। ਚਾਰੇ ਪਾਸੇ ਆਈਓ ਐਲਾਨ ਹੋਣਾ ਚਾਹੀਦਾ, ਹਰ ਪਾਸੇ ਆਈਓ ਐਲਾਨ ਹੋਣਾ ਚਾਹੀਦਾ। ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ, ਸਾਈ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਦਿਲ ਦਾ ਇਹ ਪੂਰਾ ਅਰਮਾਨ ਹੋਣਾ ਚਾਹੀਦਾ, ਦਿਲ ਵਾਲਾ ਪੂਰਾ ਅਰਮਾਨ ਹੋਣਾ ਚਾਹੀਦਾ। ਗਲੀ ਚ ਮਕਾਨ ਹੋਣਾ ਚਾਹੀਦਾ, ਬਾਬਾ ਜੀ ਦੀ ਗਲੀ ਚ ਮਕਾਨ ਹੋਣਾ ਚਾਹੀਦਾ। ਭਾਈ ਜੀ ਦੀ ਗਲੀ ਚ